मानसा पुलिस ने एक शानदार कारगुजारी करते हुए लोगों के गुम हुए 129 फोन बरामद करने एक वड्डी सफलता हासिल की है। SSP मानसा ने यह मोबाइल फोन इन्हों के असली मालकों को वापस कर दिए ने। मानसा पुलिस द्वारा हुण तक 1305 मोबाइल फोन बरामद कर उन्होंने असल मालकों को लौटा दिए गए हैं। मोबाइल फोन वापस मिलने पर लोगों ने खुशी जाहिर करते हुए पुलिस का धन्यवाद किया। ਤੁਸੀਂ ਵੀ ਦੇਖੋ ਕਿ ਲੋਕਾਂ ਨੇ ਕਿੱਦਾਂ ਜ਼ਾਹਿਰ ਕੀਤੀ ਆਪਣੀ ਖੁਸ਼ੀ। ਮੇਰਾ ਬੀਬੋ ਅੱਜ ਤੋਂ 4-5 ਮਹੀਨੇ Y20 ਫੋਨ ਗੁੰਮ ਹੋ ਗਿਆ ਸੀਗਾ ਜੀ, ਅਤੇ ਅੱਜ ਕੱਲ੍ਹ ਮੈਨੂੰ ਫੋਨ ਆਇਆ ਜੀ SSP ਦਫ਼ਤਰ ਦੇ ਵਿੱਚੋਂ, ਅਤੇ ਉਹਨਾਂ ਨੇ ਮੇਰਾ ਫੋਨ ਅੱਜ ਮੈਨੂੰ ਵਾਪਸ ਕਰਤਾ, ਅਤੇ ਮੈਂ ਬਹੁਤ ਖੁਸ਼ ਹਾਂ ਜੀ। 4-5 ਮਹੀਨਿਆਂ ਬਾਅਦ ਮੇਰਾ ਫੋਨ ਵਾਪਸ ਕੀਤਾ, ਅਤੇ ਮੈਂ ਪੁਲਿਸ ਦੀ ਗੱਲ ਕਹੀ ਤੋਂ ਬਹੁਤ ਖੁਸ਼ ਹਾਂ ਜੀ, ਅਤੇ ਮੈਂ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਕਰਦਾ। ਮੇਰਾ ਫੋਨ ਗੁੰਮ ਹੋ ਗਿਆ ਸੀਗਾ ਜੀ, ਕੱਲ੍ਹ ਮੇਰੇ ਕੋਲ ਫੋਨ ਆਇਆ ਜੀ, ਕਹਿੰਦੇ ਤੁਹਾਡਾ ਫੋਨ ਲੱਭ ਗਿਆ ਜੀ, ਅਤੇ ਆਪਣਾ ਆ ਕੇ ਫੋਨ ਲਏ ਜੀ। ਮੈਂ ਬਹੁਤ ਖੁਸ਼ ਹਾਂ ਜੀ, ਅਤੇ ਮੇਰਾ ਫੋਨ 3-4 ਮਹੀਨਿਆਂ ਬਾਅਦ ਜੀ ਲੱਭ ਗਿਆ ਜੀ, ਜੂਨ 'ਚ ਗੁਆਚਿਆ ਸੀਗਾ ਜੀ। ਬਹੁਤ ਖੁਸ਼ ਹਾਂ ਜੀ ਮੈਂ ਪੁਲਿਸ ਦੇ ਉਪਰਾਲੇ ਤੋਂ, ਜੋ ਆਪਦਾ ਕੀਮਤੀ ਸਮਾਂ ਕੱਢ ਕੇ ਜੀ ਸਾਡਾ ਫੋਨ ਲੱਭਿਆ ਜੀ। ਜ਼ਿਲ੍ਹਾ ਪੁਲਿਸ ਮਾਨਸਾ ਵੱਲੋਂ ਇੱਕ ਬੜਾ ਹੀ ਅੱਛਾ ਉਪਰਾਲਾ ਜਿਹੜਾ ਹੈਗਾ ਕੀਤਾ ਗਿਆ। ਇਹਦੇ ਇਸ ਉਪਰਾਲੇ ਦੌਰਾਨ ਅਸੀਂ ਇਸ ਫੇਜ਼ ਦੇ ਵਿੱਚ 129 ਮੋਬਾਈਲ ਜਿਹੜੇ ਹੈਗੇ ਹੈ, ਜਿਹੜੇ ਵੱਖ ਵੱਖ ਸਮਿਆਂ 'ਤੇ ਵੱਖ ਵੱਖ ਲੋਕਾਂ ਦੇ ਜਿਹੜੇ ਗੁੰਮੇ ਹੋਏ ਮੋਬਾਈਲ ਸੀਗੇ, ਉਹ ਰਿਕਵਰ ਕਰਾ ਕੇ ਜਿਹੜੇ ਉਹਨਾਂ ਦੇ ਅਸਲ ਮਾਲਕ ਹੈ ਉਹਨਾਂ ਤੱਕ ਪਹੁੰਚਾਏ ਹਨ। ਇਹ ਮੁਹਿੰਮ ਪਹਿਲਾਂ ਤੋਂ ਚੱਲਦੀ ਆ ਰਹੀ ਮੁਹਿੰਮ ਦੇ ਵਿੱਚ ਇੱਕ ਨਵਾਂ ਫੇਜ਼ ਸੀਗਾ। ਕੁੱਲ ਮਿਲਾ ਕੇ ਹੁਣ ਤੱਕ 1305 ਮੋਬਾਈਲ ਜਿਹੜੇ ਹੈਗੇ ਹੈ, ਜਿਹੜੇ ਉਹਨਾਂ ਦੇ ਰਾਈਟਫੁੱਲ ਓਨਰਸ ਹੈ, ਉਹਨਾਂ ਨੂੰ ਅਸੀਂ ਵਾਪਸ ਕਰ ਦਿੱਤੇ ਨੇ, ਉਹਨਾਂ ਤੱਕ ਪਹੁੰਚਾ ਦਿੱਤੇ ਨੇ। ਅਤੇ ਮੈਂ ਇਹ ਵੀ ਭਰੋਸਾ ਦਿਵਾਉਣਾ ਚਾਹੂੰਗਾ ਕਿ ਅੱਗੇ ਵੀ ਜਿਹੜੀ ਇਹ ਮੁਹਿੰਮ ਹੈ ਅੱਗੇ ਜਾਰੀ ਰਹੇਗੀ, ਅਤੇ ਜਿਹੜੇ ਵੀ ਮੋਬਾਈਲ ਇਸ ਤਰੀਕੇ ਨਾਲ ਗੁੰਮੇ ਹੋਏ ਨੇ, ਸਾਡੇ ਕੋਲ ਜਿਹੜਾ ਵੀ ਟੈਕਨੀਕਲ ਮੀਨਸ ਹੈਗੇ ਹੈ, ਸਾਡੇ ਆਪਣੇ ਜਿਹੜੇ ਤਫਤੀਸ਼ ਦੇ ਜਿਹੜੇ ਢੰਗ ਹੈਗੇ ਆ, ਉਹਨਾਂ ਨੂੰ ਇਸਤੇਮਾਲ ਕਰਦੇ ਹੋਏ ਇਹ ਅੱਗੇ ਵੀ ਜਿਹੜੀ ਮੁਹਿੰਮ ਦੇ ਦੌਰਾਨ ਮੋਬਾਈਲ ਜਿਹੜੇ ਹੈਗੇ ਵਾਪਸ ਸਾਰਿਆਂ ਨੂੰ ਜਿਹੜੇ ਵੱਧ ਤੋਂ ਵੱਧ ਜਿਹੜੇ ਕੀਤੇ ਜਾਣ। ਸੋ ਫੋਨ ਵਾਪਸ ਮਿਲਣ 'ਤੇ ਲੋਕਾਂ ਵਿੱਚ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ, ਅਤੇ ਉਹਨਾਂ ਨੇ ਪੁਲਿਸ ਦਾ ਧੰਨਵਾਦ ਕੀਤਾ। ਮਾਨਸਾ ਤੋਂ ਜਗਦੀਸ਼ ਬੰਸਲ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਆਖਰੀ ਮੌਕਾ ਉਹ ਸਟੂਡੈਂਟਸ ਵਾਸਤੇ ਜਿਨ੍ਹਾਂ ਦੀ ਐਪਲੀਕੇਸ਼ਨ ਕੈਨੇਡਾ ਲਈ ਪਹਿਲੇ ਰਿਜੈਕਟ ਹੋ ਚੁੱਕੀ ਹੈ, ਕੋਰਸ ਪ੍ਰੋਗਰੈਸ਼ਨ ਨਹੀਂ ਸੀ ਜਾਂ ਕੋਰਸ ਰੈਲੇਵੈਂਸੀ ਨਾ ਹੋਣ ਕਰਕੇ ਰਿਜੈਕਟ ਹੋ ਚੁੱਕੀ ਹੈ, ਫੋਨ ਚੱਕੋ, ਕਾਲ ਕਰੋ 90419 90419। ਹੁਣ ਇਹ ਆਖਰੀ ਮੌਕਾ ਗਵਾ ਨਾ ਲੈਣਾ।